ਪੰਜਾਬ ਚੋਂ ਤਕਰੀਬਨ ਤੁਸੀਂ ਫਸਟ ਜਾਂ ਸੈਕੰਡ ਤੇ ਸੀ ਸਭ ਤੋਂ ਜ਼ਿਆਦਾ ਜਿੱਤ ਪ੍ਰਾਪਤ ਕਰਨ ਵਾਲੇ ਇਸ ਵਾਰ ਵੀ ਉਹੋ ਜਿਹਾ ਦੁਹਰਾਉਂਗੇ ਇਤਿਹਾਸ ਜੱਕ ਕੋਈ ਮੁਕਾਬਲਾ ਕਿਸ ਪਾਰਟੀ ਨਾਲ ਸਾਡੀ ਸਰਕਾਰ ਨੇ ਮੇਰੇ ਦੁਆਰਾ ਕੀਤੇ ਹੋਏ ਕੰਮਾਂ ਦੀ ਜੋ ਪ੍ਰਸ਼ੰਸਾ ਉਹ ਸਾਡੇ ਹਲਕਾ ਵਾਸੀਆਂ ਚ ਅੱਜ ਪੁਰਜ਼ੋਰ ਹੈ ਤੇ ਮੈਨੂੰ ਇਹ ਪੂਰੀ ਆਸ ਹੈ ਕਿ ਇਸ ਵਾਰ ਦੀ ਜਿਹੜੀ ਜਿੱਤ ਹੈ ਉਹ ਪਿਛਲੀ ਜਿੱਤ ਨਾਲੋਂ ਵੀ ਵੱਡੀ ਹੋਏਗੀ ਡਾਕਟਰ ਸਾਹਿਬ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਅਕਾਲੀ ਜਲਦਾ ਬੀਐਸਪੀ ਦੇ ਨਾਲ ਗੱਠ ਜੋੜ ਹੋਣ ਤੋਂ ਬਾਅਦ ਹੁਣ ਸਾਹਿਬ ਹੁਣ ਸਿੰਘ ਠੰਡਲ ਵੀ ਆਪਣੇ ਆਪ ਨੂੰ ਮਜ਼ਬੂਤ ਕੈਂਡੀਡੇਟ ਮੰਨਦੇ ਆ ਕਿਉਂਕਿ ਇਸ ਇਲਾਕੇ 'ਚ ਬੀਐਸਪੀ ਦਾ ਜ਼ਿਆਦਾ ਘੜਿਆ ਰਾਜਕੁਮਾਰ ਕਿਹਦੇ ਨਾਲ ਮੁਕਾਬਲਾ ਕਰੇਗਾ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਸਵਾਲ ਹੈ ਬਸਪਾ ਦੇ ਜਿਹੜੇ ਵੋਟਰਸ ਨੇ ਅੱਜ ਬਹੁਤ ਮਾਇੂਸ ਨੇ ਆਪਣੀ ਸੀਨੀਅਰ ਲੀਡਰਸ਼ਿਪ ਤੋਂ ਮਾਇੂਸ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਰਤਾਰਾ ਕੀਤਾ ਗਿਆ ਮੈਨੂੰ ਇਹ ਪੂਰੀ ਆਸ ਹੈ ਕਿ ਬੀਐਸਪੀ ਦੇ ਵੋਟਰਸ ਵੀ ਸਪੋਰਟਰਸ ਵੀ ਉਹਨਾਂ ਦਾ ਵੀ ਦਾਸ ਨੂੰ ਬਹੁਤ ਅਸ਼ੀਰਵਾਦ ਹੈ ਔਰ ਬਾਕੀ ਜਿਸ ਤੱਕ ਦੂਜੀਆਂ ਪਾਰਟੀਆਂ ਦਾ ਸਵਾਲ ਹੈ ਔਰ ਜਿਸ ਤੱਕ ਕਾਂਗਰਸ ਹਾਈ ਕਮਾਂਡ ਨੇ ਜੋ ਇਸ ਵਾਰ ਇੱਕ ਗਰੀਬ ਨੂੰ ਇੱਕ ਸੀਐਮ ਬਣਾਇਆ ਇੱਕ ਉਹਨੂੰ ਇੱਕ ਬੜੇ ਉੱਚੇ ਅਹੁਦੇ ਤੇ ਬਿਠਾਇਆ ਉਸ ਤੋਂ ਵੀ ਜਿਹੜੇ ਸਾਡੇ ਗਰੀਬ ਦਲੇ ਸਮਾਜ ਜਿੰਨੇ ਵੀ ਸਾਡੇ ਚਾਹੇ ਕਿਸੇ ਵੀ ਵਰਗ ਦੇ ਨਾਲ ਸੰਬੰਧਤ ਹੋਣ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਤੋਂ ਬਹੁਤ ਖੁਸ਼ ਨੇ ਔਰ ਮੈਨੂੰ ਇਹ ਪੂਰੀ ਆਸ ਹੈ ਕਿ ਇਸ ਵਾਰ ਜਿਹੜੀ ਜਿੱਤ ਹੈ ਉਹ ਇੱਕ ਪਾਸੜ ਹੋਏ ਇਲੈਕਸ਼ਨ ਕਮਿਸ਼ਨ ਵੱਲ ਵੱਡੀਆਂ ਰੈਲੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਕਿਸ ਤਰ੍ਹਾਂ ਮੰਨਦੇ ਹੋ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਆ ਦੇਖੋ ਇਲੈਕਸ਼ਨ ਕਮਿਸ਼ਨ ਤੇ ਸੁਪਰੀਮ ਹੈ ਉਹਨਾਂ ਨੇ ਕੋਵਿਡ ਦੀਆਂ ਜੋ ਕੋਵਿਡ ਦੀ ਜੋ ਵੱਧਦੀ ਰਫਤਾਰ ਹੈ ਉਸ ਨੂੰ ਦੇਖਦੇ ਹੋਏ ਜੋ ਹਾਈ ਕਮਿਸ਼ਨ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਫੈਸਲਾ ਲਿਆ ਗਿਆ ਮੈਂ ਉਸ ਦਾ ਸਵਾਗਤ ਕਰਦਾ ਹਾਂ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣਾ ਪ੍ਰਚਾਰ ਕਰਾਂਗੇ ਇਲੈਕਸ਼ਨ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ 2022 ਦੀ ਡੇਟ ਫਿਕਸ ਕਰ ਦਿੱਤੀ ਗਈ ਹੈ ਜਿੱਥੇ ਉਸ ਹਰ ਪਾਰਟੀ ਦੇ ਵੱਲੋਂ ਆਪਣੇ ਆਪਣੇ ਕੈਂਡੀਡੇਟ ਮੈਦਾਨ ਦੇ ਚ ਉਤਾਰੇ ਗਏ ਜਾ ਰਹੇ ਨੇ ਉੱਥੇ ਹੀ ਕੱਲ ਕਾਂਗਰਸ ਪਾਰਟੀ ਦੀ ਪਹਿਲੀ ਲਿਸਟ ਪੰਜਾਬ ਦੇ ਕੈਂਡੀਡੇਟਾਂ ਦੀ ਜਾਰੀ ਕੀਤੀ ਜਿਨ੍ਹਾਂ ਦੇ ਵਿੱਚ 86 ਕੈਂਡੀਡੇਟ ਕਾਂਗਰਸ ਪਾਰਟੀ ਵੱਲੋਂ ਪੰਜਾਬ ਚ ਉਤਾਰੇ ਗਏ ਨੇ ਉਹਨਾਂ ਦੇ ਵਿੱਚੋਂ ਹਲਕਾ ਚੱਬੇਵਾਲ ਤੋਂ ਡਾਕਟਰ ਰਾਜਕਮਰ ਵਿਧਾਇਕ ਜਿਨ੍ਹਾਂ ਤੇ ਦੂਸਰੀ ਵਾਰ ਕਾਂਗਰਸ ਪਾਰਟੀ ਵੱਲੋਂ ਭਰੋਸਾ ਜਤਾਇਆ ਗਿਆ ਹੈ ਸਾਡਨ ਨੇ ਡਾਕਟਰ ਰਾਜ ਡਾਕਟਰ ਸਾਹਿਬ ਪਾਰਟੀ ਵੱਲੋਂ ਕੱਲ ਤੁਹਾਡੇ ਦੁਆਰਾ ਭਰੋਸਾ ਜਤਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਐਸੀ ਲਾਲ ਤੁਦਵਿੰਨ ਕੌਣ ਕਰੇ ਗਰੀਬ ਨਵਾਜ਼ ਗਸਈਆ ਮੇਰਾ ਮਾਥੇ ਛਤਰ ਧਰੇ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਦਾ ਕੋਟਨ ਕੋਟ ਧੰਨਵਾਦ ਔਰ ਧੰਨਵਾਦ ਸਮੁੱਚੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਾਸ ਦੇ ਵਿੱਚ ਦੁਆਰਾ ਵਿਸ਼ਵਾਸ ਪ੍ਰਗਟ ਕੀਤਾ ਔਰ ਦੁਆਰਾ ਟਿਕਟ ਦੇ ਨਾਲ ਨਿਵਾਜਿਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਧੰਨਵਾਦ ਕਰਦਾ ਤੇ ਮੁਬਾਰਕਵਾਦ ਵੀ ਦਿੰਦਾ ਆਪਣੇ ਹਲਕਾ ਵਾਸੀਆਂ ਨੂੰ ਜਿਨ੍ਹਾਂ ਨੇ ਮੇਰੇ ਪੰਜ ਸਾਲ ਦੇ ਕੰਮਾਂ ਤੇ ਮੋਹਰ ਲਾਈ ਹੈ ਜਿਨ੍ਹਾਂ ਨੇ ਇੱਕ ਅੱਛੀ ਫੀਡਬੈਕ ਦਿੱਤੀ ਹੈ ਉਹਨਾਂ ਦੀ ਉਸ ਫੀਡਬੈਕ ਸਦਕਾ ਤੇ ਜਿਹੜਾ ਕਾਂਗਰਸ ਹਾਈ ਕਮਾਂਡ ਨੇ ਦੁਬਾਰਾ ਮੈਨੂੰ ਫਿਰ ਮੈਦਾਨ 'ਚ ਭੇਜਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਹਲਕੇ ਦੇ ਜਿੰਨੇ ਵੀ ਸਾਡੇ ਵੋਟਰ ਸਪੋਰਟਰਸ ਨੇ ਇਸ ਵਾਰ ਵੀ ਅਸੀਂ ਇਤਿਹਾਸਿਕ ਜਿੱਤ ਦਰਜ ਕਰਾਂਗੇ ਡਾਕਟਰ ਸਾਹਿਬ ਪਿਛਲੀ ਵਾਰ ਦੀ ਗੱਲ ਕਰੀਏ ਪੰਜਾਬ ਚੋਂ ਤਕਰੀਬਨ ਤੁਸੀਂ 1st ਜਾਂ 2nd ਤੇ ਸੀ ਸਭ ਤੋਂ ਜ਼ਿਆਦਾ ਜਿੱਤ ਪ੍ਰਾਪਤ ਕਰਨ ਵਾਲੇ ਇਸ ਵਾਰ ਵੀ ਉਹੋ ਜਿਹਾ ਦੁਹਰਾਉਂਗੇ ਇਤਿਹਾਸ 'ਚ ਜਾਕੀ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਦੇਖੋ ਜਦੋਂ ਪਿਛਲੀ ਵਾਰ ਪਾਰਟੀ ਨੇ ਟਿਕਟ ਦੀ ਬਖਸ਼ਿਸ਼ ਕੀਤੀ ਸੀ ਤੇ ਉਦੋਂ ਅਸੀਂ ਸੇਵਾ ਦਾ ਇੱਕ ਆਪਣੇ ਪੰਜਾਬੀਆਂ ਤੋਂ ਆਪਣੇ ਸਾਥੀਆਂ ਤੋਂ ਸੇਵਾ ਦਾ ਇੱਕ ਮੌਕਾ ਲੱਭ ਰਹੇ ਸੀ ਔਰ ਉਦੋਂ ਸਾਡੇ ਹਲਕੇ ਨੇ ਮੇਰੇ 'ਚ ਡਾ ਵੱਡਾ ਵਿਸ਼ਵਾਸ ਪ੍ਰਗਟਾਇਆ ਕਿ 45 ਸਾਲ ਬਾਅਦ ਕਾਂਗਰਸ ਇਸ ਹਲਕੇ ਦੇ ਵਿੱਚ ਜਿਹੜੀ ਆ ਉਸਨੇ ਤਾਲ ਠੋਕੀ ਸੀ ਔਰ 45 ਸਾਲ ਬਾਅਦ ਉਹ ਵੀ ਇੱਕ ਇਤਿਹਾਸਕ ਜਿੱਤ 30000 ਦੇ ਕਰੀਬ ਵੋਟਾਂ ਦੇ ਨਾਲ ਜਿੱਤ ਹੋਈ ਸੀ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਜੋ ਉਹਨਾਂ ਦੇ ਨਾਲ ਮੌਕੇ ਦੀ ਅਸੀਂ ਮੰਗ ਕੀਤੀ ਸੀ ਔਰ ਉਹਨਾਂ ਤੇ ਚੱਲਦੇ ਹੋਏ ਸਾਡੀ ਸਰਕਾਰ ਨੇ ਮੇਰੇ ਦੁਆਰਾ ਕੀਤੇ ਹੋਏ ਕੰਮਾਂ ਦੀ ਜੋ ਪ੍ਰਸ਼ੰਸਾ ਹੈ ਉਹ ਸਾਡੇ ਹਲਕਾ ਵਾਸੀਆਂ ਚ ਅੱਜ ਪੁਰਜ਼ੋਰ ਹੈ ਤੇ ਮੈਨੂੰ ਇਹ ਪੂਰੀ ਆਸ ਹੈ ਕਿ ਇਸ ਵਾਰ ਦੀ ਜਿਹੜੀ ਜਿੱਤ ਹੈ ਉਹ ਪਿਛਲੀ ਜਿੱਤ ਨਾਲੋਂ ਵੀ ਵੱਡੀ ਹੋਏਗੀ ਡਾਕਟਰ ਸਾਹਿਬ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਅਕਾਲੀ ਜਲ ਦਾ ਬੀਐਸਪੀ ਦੇ ਨਾਲ ਗੱਠ ਜੋੜ ਹੋਣ ਤੋਂ ਬਾਅਦ ਹੌਣ ਸਿੰਘ ਠੰਡਰ ਵੀ ਆਪਣੇ ਆਪ ਨੂੰ ਮਜ਼ਬੂਤ ਕੈਂਡੀਡੇਟ ਮੰਨਦੇ ਆ ਕਿਉਂਕਿ ਇਸ ਇਲਾਕੇ 'ਚ ਬੀਐਸਪੀ ਦਾ ਜ਼ਿਆਦਾ ਘੜਿਆ ਰਾਜਕੁਮਾਰ ਕਿਹਦੇ ਨਾਲ ਮੁਕਾਬਲਾ ਮੰਨਦੇ ਆ ਅਹ ਦੇਖੋ ਜਿਸ ਤੱਕ ਮੁਕਾਬਲੇ ਦੀ ਗੱਲ ਹੈ ਜਿੱਥੇ ਵਿਕਾਸ ਦੀ ਗੱਲ ਹੋਵੇ ਜਿੱਥੇ ਉਨਤੀ ਦੀ ਗੱਲ ਹੋਵੇ ਜਿੱਥੇ ਉਹਦੇ ਲੋਕ ਆਪਣੇ ਨੇਤਾ ਤੋਂ ਖੁਸ਼ ਹੋਣ ਮੈਂ ਸਮਝਦਾ ਕਿ ਉੱਥੇ ਸਾਡਾ ਮੁਕਾਬਲਾ ਜਿਹੜਾ ਉਹ ਕਿਸੇ ਨਾਲ ਨਹੀਂ ਹੈ ਜਿਸ ਤੱਕ ਬੀਐਸਪੀ ਦੀ ਵੋਟਸ ਦਾ ਸਵਾਲ ਹੈ ਜਿਸ ਤੱਕ ਸ਼ਰਮਣੀ ਅਕਾਲੀ ਦਾ ਸ਼ਰਮਣੀ ਅਕਾਲੀ ਦਲ ਬਸਪਾ ਦਾ ਸਵਾਲ ਹੈ ਬਸਪਾ ਦੇ ਜਿਹੜੇ ਵੋਟਰਸ ਨੇ ਅੱਜ ਬਹੁਤ ਮਾਇੂਸ ਨੇ ਆਪਣੀ ਸੀਨੀਅਰ ਲੀਡਰਸ਼ਿਪ ਤੋਂ ਮਾਇੂਸ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਰਤਾਰਾ ਕੀਤਾ ਗਿਆ ਮੈਨੂੰ ਇਹ ਪੂਰੀ ਆਸ ਹੈ ਕਿ ਬੀਐਸਪੀ ਦੇ ਵੋਟਰਸ ਵੀ ਸਪੋਰਟਰਸ ਵੀ ਉਨਾ ਦਾ ਵੀ ਦਾਸ ਨੂੰ ਬਹੁਤ ਆਸ਼ੀਰਵਾਦ ਹੈ ਔਰ ਬਾਕੀ ਜਿਸ ਤੱਕ ਦੂਜੀਆਂ ਪਾਰਟੀਆਂ ਦਾ ਸਵਾਲ ਹੈ ਔਰ ਜਿਸ ਤੱਕ ਕਾਂਗਰਸ ਹਾਈ ਕਮਾਂਡ ਨੇ ਜੋ ਇਸ ਵਾਰ ਇੱਕ ਗਰੀਬ ਨੂੰ ਇੱਕ ਸੀਐਮ ਬਣਾਇਆ ਇੱਕ ਉਹਨੂੰ ਇੱਕ ਬੜੇ ਉੱਚੇ ਅਹੁਦੇ ਤੇ ਬਿਠਾਇਆ ਉਸ ਤੋਂ ਵੀ ਜਿਹੜੇ ਸਾਡੇ ਗਰੀਬ ਦਲੇ ਸਮਾਜ ਜਿੰਨੇ ਵੀ ਸਾਡੇ ਚਾਹੇ ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਹੋਣ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਤੋਂ ਬਹੁਤ ਖੁਸ਼ ਨੇ ਔਰ ਮੈਨੂੰ ਇਹ ਪੂਰੀ ਆਸ ਹੈ ਕਿ ਇਸ ਵਾਰ ਵੀ ਜਿਹੜੀ ਜਿੱਤ ਹੈ ਉਹ ਇੱਕ ਪਾਸੜ ਹੋਏਗੀ ਡਾਕਟਰ ਸਾਹਿਬ ਆਖਰੀ ਸਵਾਲ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਕਿਸ ਤਰ੍ਹਾਂ ਮੰਨਦੇ ਹੋ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਆ ਦੇਖੋ ਇਲੈਕਸ਼ਨ ਕਮਿਸ਼ਨ ਤੇ ਸੁਪਰੀਮ ਹੈ ਉਹਨਾਂ ਨੇ ਕੋਵਿਡ ਦੀਆਂ ਜੋ ਕੋਵਿਡ ਦੀ ਜੋ ਵੱਧਦੀ ਰਫਤਾਰ ਹੈ ਉਸ ਨੂੰ ਦੇਖਦੇ ਹੋਏ ਜੋ ਹਾਈ ਕਮਿਸ਼ਨ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਫੈਸਲਾ ਲਿਆ ਗਿਆ ਮੈਂ ਉਸ ਦਾ ਸਵਾਗਤ ਕਰਦਾ ਹਾਂ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣਾ ਪ੍ਰਚਾਰ ਕਰਾਂਗੇ ਚੰਗਾ ਲਾ ਜੀ ਲਾਈਸਨ ਹਲਕਾ ਚੱਬੇਵਾਲ ਤੋਂ ਵਿਧਾਇਕ ਡਾਕਟਰ ਹਾਜੀ ਕੁਮਾਰ ਜਿਨ੍ਹਾਂ ਤੇ ਕਾਂਗਰਸ ਪਾਰਟੀ ਵੱਲੋਂ ਦੋਹਰਾ ਭਰੋਸਾ ਜਤਾ ਕੇ ਚੱਬੇਵਾਲ ਹਲਕੇ ਨੂੰ ਟਿਕਟ ਦਿੱਤੀ ਗਈ ਹੈ। ਗਲੋਬਲ ਪੰਜਾਬ ਟੀਵੀ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ